पंजाब दीआं जेलां अक्सर ही सुर्खियां दे विच रहिंदियां ने। ते हुण मान सरकार दे वल्लों एक्शन लिया गया कि जेलां दे विचों वीआईपी कल्चर खत्म किया जाएगा, जिस दे तहत हुण जेलां दे विचों मोबाइल फोन अते नशीले पदार्थ मिलन दा सिलसिला वध गया। ताज़ा मिसाल नाभा दी जेल तो सामने आई, जिथे कि जेल दे अंदर पंज लिफाफे बाहरों सुट्टे गए। जदों लिफाफिआं नूं खोलिया गया तां हैरानीजनक तत्थ सामने आए। इन्हां लिफाफिआं दे विचों 9 मोबाइल फोन, 43 जर्दे दीआं पौड़ियां, 7 ਡੱਬਿਆਂ ਦੇ ਵਿੱਚ ਸਿਗਰਟਾਂ, 1 ਹੈੱਡਫੋਨ, 2 ਚਾਰਜਰ, 4 ਡਾਟਾ ਕੇਬਲ ਅਤੇ ਹੋਰ ਨਸ਼ੀਲੇ ਪਦਾਰਥ ਮਿਲੇ ਨੇ। ਪੁਲਿਸ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਉੱਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹ ਪੱਤਰ ਦੇ ਥਰੂ ਅਸੀਂ ਇੱਕ ਐਫ ਆਈ ਆਰ ਰਜਿਸਟਰ ਕਰੀ ਆ, ਐਫ ਆਈ ਆਰ ਨੰਬਰ 104 ਅੰਡਰ ਸੈਕਸ਼ਨ 22 ਐਨ ਡੀ ਪੀ ਐਸ ਐਕਟ 42 ਅਤੇ 52 ਏ ਪ੍ਰਿਜ਼ਨ ਐਕਟ। ਇੰਨੀ ਭਾਰੀ ਮਾਤਰਾ 'ਚ ਸਮੱਗਰੀ ਪਹੁੰਚੀ ਕਿਵੇਂ ਅੰਦਰ? ਕੋਈ ਦੇਖੋ ਜਿਹੜੇ ਪੱਤਰ ਦੇ ਸਾਨੂੰ ਪੱਤਰ ਦੇ ਅਕੋਰਡਿੰਗ ਹੀ ਇਨਫੋਰਮੇਸ਼ਨ ਮਿਲਦੀ ਹੈ। ਪੱਤਰ ਦੇ ਅਕੋਰਡਿੰਗ ਇਹ ਹੋਇਆ ਵੀ ਉਹਨਾਂ ਨੇ ਦੱਸਿਆ, ਸਹਾਇਕ ਸੁਪਰਡੈਂਟ ਸਾਹਿਬ ਨੇ ਦੱਸਿਆ ਵੀ ਬੈਰਕ ਨੰਬਰ 1 ਦੀ ਬੈਰਕ ਨੰਬਰ 9 ਅਤੇ 10 ਦੇ ਬਾਹਰ ਜਦੋਂ ਅਸੀਂ ਚੱਕਰ ਲਗਾ ਰਹੇ ਸੀ ਤਾਂ 5 ਇੱਕ ਬੰਡਲ ਮਿਲੇ ਨੇ ਕਾਲੇ ਰੰਗ ਦੇ, ਜੋ ਕਾਲੀ ਲਪੇਟ ਨਾਲ ਟੇਪ ਨਾਲ ਲਪੇਟੇ ਹੋਏ ਸੀ। ਉਹਨਾਂ ਦੇ ਵਿੱਚੋਂ ਇਹ ਚੀਜ਼ਾਂ ਮਿਲੀਆਂ। ਪੱਤਰ ਮੁਤਾਬਕ ਉਹਨਾਂ ਦੇ ਦੱਸਣ ਮੁਤਾਬਕ ਵੀ ਇਹ ਫੇਂਕੇ ਰਾਹੀਂ ਆਏ ਨੇ, ਜਿਹਦੇ ਰਿਗਾਰਡਿੰਗ ਅਸੀਂ ਬਹੁਤ ਰੇਅਰ ਚਾਂਸਿਸ ਨੇ ਅਸੀਂ ਜਾਣਦੇ। ਹੁਣ ਤੱਕ ਕਿੰਨੇ ਜਿਹੜੇ ਪਰਚੇ ਹੋ ਚੁੱਕੇ ਨੇ? ਹੁਣ ਤੱਕ 2022 ਦੇ ਅਕੋਰਡਿੰਗ ਤਕਰੀਬਨ 28 ਮੁਕੱਦਮੇ ਦਰਜ ਹੋ ਚੁੱਕੇ ਨੇ। ਕਾਫੀ ਮੋਬਾਈਲ ਮਿਲ ਚੁੱਕੇ ਆ। ਹਾਂਜੀ, ਨਵੀਂ ਸਰਕਾਰ ਬਣੀ, ਉਹਨੇ ਪਰਸੋਂ ਐਲਾਨ ਕੀਤਾ ਸੀ ਵੀਆਈਪੀ ਕਲਚਰ ਖਤਮ ਕਰਾਂਗੇ, ਫੋਨ ਅਸੀਂ ਇੰਨੇ ਫੜ ਰਹੇ, ਉਹਦੇ ਅਕੋਰਡਿੰਗ ਵੀ ਹੋ ਸਕਦਾ ਵੀ ਸ਼ਾਇਦ ਉਹਦੇ ਅਕੋਰਡਿੰਗ ਜ਼ਿਆਦਾ ਸਰਚ ਵਗੈਰਾ ਜ਼ਿਆਦਾ ਹੋਣ ਲੱਗ ਗਈ ਹੋਵੇ, ਇਹ ਵੀ ਹੋ ਸਕਦਾ। ਪੁਲਿਸ ਦੀ ਹੈਲਪ ਲੱਤੀ ਗਈ ਸੀ ਕਿ ਜੇਲ੍ਹ ਪਰ? ਨਹੀਂ ਜੀ, ਨਹੀਂ, ਪੁਲਿਸ ਦੀ ਕੋਈ ਹੈਲਪ ਨਹੀਂ, ਸਾਨੂੰ ਸਿਰਫ ਇੱਕ ਪੱਤਰ ਹੀ ਮਸੂਲ ਹੋਇਆ, ਹੋਰ ਸਾਡੇ ਇੱਦਾਂ ਦੇ ਕੁਛ ਨਹੀਂ। ਸਗੋਂ ਬਲਕਿ ਸਾਡਾ ਇਹ ਇਨ ਫਿਊਚਰ ਪਲੈਨਿੰਗ ਆ ਵੀ ਇੱਕ ਵਾਰ ਜੇਲ੍ਹ ਦੀ ਸਾਡੇ ਪੁਲਿਸ ਪ੍ਰਸ਼ਾਸਨ ਦੁਆਰਾ ਵੀ ਸਰਚ ਕੀਤੀ। ਜਿਹੜੇ ਮੋਬਾਈਲ ਮਿਲੇ ਨੇ ਇਹ 'ਚ ਕੁਛ ਐਕਟੀਵੇਟ ਵੀ ਹੋਣਗੇ ਫਿਰ ਅੱਗੇ ਬਾਇਓ ਸਿਮ ਤੋਂ? ਇਹ ਨਹੀਂ, ਇਹ ਬਿਨਾਂ ਸਿਮ ਤੋਂ ਮਿਲੇ ਨੇ ਸਾਰੇ ਮੋਬਾਈਲ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਵੀ ਜਿਹੜੇ 5 ਬੰਡਲ ਮਿਲੇ ਸੀ ਉਹਨਾਂ ਦੇ ਵਿੱਚ ਹੀ ਸੀ ਇਹ ਮੋਬਾਈਲ, 5 ਬੰਡਲਾਂ ਦੇ ਵਿੱਚ ਬਿਨਾਂ ਸਿਮ ਸੀ। ਸ਼ਾਇਦ ਆਈ ਥਿੰਕ ਇਹ ਯੂਜ਼ ਕਰਨੇ ਹੋਣ ਇਨ ਫਿਊਚਰ। ਮੁਹਿੰਮ ਦੇ ਦੌਰਾਨ ਪਿਛਲੇ ਕਰੀਬ 2-3 ਮਹੀਨਿਆਂ ਤੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਅਸੀਂ ਮੋਬਾਈਲ ਫੋਨ ਅਤੇ ਹੋਰ ਵਰਜਿਤ ਵਸਤੂਆਂ ਬਰਾਮਦ ਕੀਤੀਆਂ ਨੇ ਅਤੇ ਉਹਨਾਂ ਬੰਦੀਆਂ ਦੇ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਪੁਲਿਸ ਨੂੰ ਇਹ ਸਾਰਾ ਕੁਛ ਮਾਮਲਾ ਉਹਨਾਂ ਦੇ ਧਿਆਨ 'ਚ ਲਿਆਂਦਾ ਗਿਆ ਔਰ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਜਿਸ ਦੇ ਨਾਮ 'ਤੇ ਇਹ ਸਿਮ ਕਾਰਡ ਜਾਰੀ ਹੋਏ ਹੋਣਗੇ, ਜਿਨ੍ਹਾਂ ਦੇ ਨਾਮ ਦੇ ਉੱਪਰ ਇਹ ਮੋਬਾਈਲ ਫੋਨ ਬਾਈ ਕੀਤੇ ਹੋਣਗੇ, ਉਹਨਾਂ ਦੇ EMI ਨੰਬਰਸ ਚੈੱਕ ਕਰਨ ਉਪਰੰਤ ਉਹਨਾਂ 'ਤੇ ਠੋਸ ਕਾਰਵਾਈ ਕੀਤੀ ਜਾਏਗੀ। ਇਸ ਮੈਂ ਇਸੇ ਲਗਾਤਾਰਤਾ ਦੇ ਵਿੱਚ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹ ਜੋ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਹੈ ਇਹ ਬਿਲਕੁਲ ਖੇਤਾਂ ਦੇ ਵਿੱਚ ਬਣੀ ਹੋਈ ਹੈ ਔਰ ਇਸ ਦੇ ਚਾਰੋਂ ਪਾਸੇ ਖੇਤ ਹਨ ਔਰ ਖੁੱਲ੍ਹਾ ਏਰੀਆ ਹੈ ਔਰ ਇੱਥੋਂ ਮੇਨ ਦੀਵਾਰ ਦੇ ਉੱਪਰ ਦੀ ਕਾਫੀ ਵਾਰ ਸਾਡੇ ਕੋਲ ਥਰੋ ਦੇ ਇੰਸੀਡੈਂਸਿਸ ਸਾਹਮਣੇ ਆਏ ਨੇ। ਪਿਛਲੇ ਪਰਸੋਂ ਦਾ ਹੀ ਇੰਸੀਡੈਂਟ ਹੈ, ਅਰਲੀ ਮੋਰਨਿੰਗ ਅਸੀਂ ਰਿਕਵਰ ਕੀਤਾ ਹੈ ਕਿ ਰਾਤ ਨੂੰ ਕੋਈ ਸ਼ਰਾਰਤੀ ਅਨਸਰਾਂ ਨੇ ਜੇਲ੍ਹ ਦੇ ਅੰਦਰ 5 ਪੈਕਟ ਜੋ ਹੈ ਉਹ ਥਰੋ ਕੀਤੇ ਮੇਨ ਦੀਵਾਰ ਦੇ ਉੱਪਰੋਂ ਔਰ ਜਦ ਉਹਨਾਂ ਪੈਕਟਸ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਹਨਾਂ ਦੇ ਵਿੱਚੋਂ ਕਰੀਬ 9 ਮੋਬਾਈਲ ਫੋਨ ਬਰਾਮਦ ਹੋਏ, ਜਿਨ੍ਹਾਂ ਦੇ ਵਿੱਚ 3 ਕਾਫੀ ਵੱਡੇ ਟੱਚ ਸਕਰੀਨ ਮੋਬਾਈਲ ਫੋਨ ਸੀ ਜੋ ਕਾਫੀ ਮਹਿੰਗੇ ਔਰ ਕਾਫੀ ਸਫਿਸਟੀਕੇਟਡ ਅਸੀਂ ਕਹਿ ਸਕਦੇ ਹਾਂ ਲੇਟੈਸਟ ਟੈਕਨੋਲੋਜੀ ਦੇ ਮੋਬਾਈਲ ਫੋਨ ਸਨ ਔਰ ਇਸ ਤੋਂ ਇਲਾਵਾ ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸੂਲ, ਚਾਰਜਿੰਗ ਵਾਇਰਸ, ਈਅਰਫੋਨਸ ਔਰ ਹੋਰ ਵੀ ਨਾਲ ਨਿੱਕਾ ਮੋਟਾ ਸਮਾਨ ਜੋ ਹੈ ਵਰਜਿਤ ਵਸਤੂਆਂ ਬਰਾਮਦ ਹੋਈਆਂ, ਜਿਸ ਸੰਬੰਧੀ ਕਾਰਵਾਈ ਕਰਦੇ ਹੋਏ ਅਸੀਂ ਲੋਕਲ ਪੁਲਿਸ ਸਟੇਸ਼ਨ ਨੂੰ ਕਾਰਵਾਈ ਕਰਨ ਲਈ ਲਿਖਿਆ ਹੈ। ਸੋ ਇਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਜੇਲ੍ਹਾਂ ਦੇ ਵਿੱਚ ਮੇਨ ਵਾਲ ਦੇ ਉੱਤੋਂ ਬੈਰਿਕਸ ਜੋ ਹੈਗੀਆਂ ਨੇ ਉਹ ਮੇਨ ਵਾਲਸ ਦੇ ਬਿਲਕੁਲ ਨਾਲ ਬਣੀਆਂ ਨੇ ਔਰ ਥਰੋ ਕਾਰਨ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਚੀਜ਼ ਸਿੱਧੀ ਬੰਦੀਆਂ ਦੀ ਬੈਰਿਕ ਦੇ ਅੰਦਰ ਹੀ ਗਿਰਦੀ ਹੈ। ਇਸ ਤੋਂ ਪਹਿਲਾਂ ਕਿ ਮੁਲਾਜ਼ਮ ਜਾ ਕੇ ਉਸਨੂੰ ਕਾਬੂ ਕਰਨ, ਬੰਦੀ ਉਸ ਚੀਜ਼ ਨੂੰ ਛੁਪਾਉਣ 'ਚ ਕਈ ਵਾਰ ਕਾਮਯਾਬ ਹੋ ਜਾਂਦੇ ਨੇ, ਲੇਕਿਨ ਇਸ ਨੂੰ ਵੀ ਅਸੀਂ ਕਰਬ ਕਰ ਰਹੇ ਹਾਂ। ਇਹ ਪ੍ਰੋਬਲਮ ਨੂੰ ਅਸੀਂ ਬਹਾਨਾ ਨਹੀਂ ਬਣਾ ਸਕਦੇ ਕਿ ਜੇਲ੍ਹਾਂ ਦੇ ਅੰਦਰ ਇਹ ਚੀਜ਼ਾਂ ਇਸ ਕਰਕੇ ਨੇ। ਇਟ ਇਜ਼ ਆਰ ਡਿਊਟੀ
कि जो भी कारण रहन असी इन चीज़ों को काबू करके और आने वाले समय के भी असी इन चीज़ों पर होर सख्ती करते हुए करांगे। और मेन वॉल की सफाई नाल संबंधित भी असी मुहिम चलाई है, मेन वॉल दे नाल वी आर ट्राइंग के एक 15 to 20 feet का एक रस्ता असी बनाइए। फिलहाल तो वह खेत ने, बट विद इन 2-3 days मेरी मेन वॉल के आसे पासे दी असी अपनी QRT जो गड्डी है उसका राउंड लावांगे, 3-4 दिन के गेड़े लगावांगे, 3-4 रात नू उसकी सर्वेलेंस होएगी। फिलहाल जेलों की चैकिंग दे उत्ते जोर दिता जा रहा है ता जो इस कल्चर नू खत्म किया जाए कि जेलों के फोन कितों आते हैं इसका पता लगाया जाए तो जल्द तो जल्द पंजाब दियां जेलों नू अजिहियां शरारती अंसरां तो सुरक्षित किया जाए। नाभा तो सुखचैन सिंह लुबाणा की रिपोर्ट, स्काई न्यूज़ पंजाब। हमारा काम ही हमारा चैलेंज, निराश लोगों के लिए आशा की एक किरण, बाबा खान बंगाली। 99% लोगों को 100% लाभ, 10 मिनट में समाधान गारंटी के साथ। घर कारोबार में बरकत ना होना, गृह कलेश, जादू टोना, किया किराया, विदेश यात्रा, शादी में रुकावट, मनचाहा प्यार, सौतन दुश्मन को तड़पता देखे, संतानहीनता, पति पत्नी में अनबन, वशीकरण मुठ करने के माहिर, हमसे पहले काम करने वाले को मुंह मांगा इनाम, प्यार में धोखा खाए प्रेमी प्रेमिका जरूर मिले, आपका प्यार टूटने नहीं दूंगा, माई प्रॉमिस। मोबाइल नंबर 9878687786। खबर की ताज़ा अपडेट के लिए साड़े यूट्यूब चैनल नूं सब्सक्राइब करो, फेसबुक चैनल नूं लाइक अते शेयर करो।